होले महल्ले ते जिथे समुचे आनंदपुर साहब नूं शिंगारिया गया उत्थे ही प्रवेश द्वार नूं भी बहुत ही खूबसूरत लाइटिंग नाल शिंगारिया गया है। जो तुसी स्क्रीन ते दर्शन दारे कर रहे हो गुरद्वारा गुरु के महल भोरा साहब जिथे कि बहुत ही वधिया लाइटिंग की गई है। ये जिहड़ी लाइटिंग है संध्या वेले जिहड़ी रात्रि समय टिमटमाउंदी जिहड़ियां लाइटां है बहुत ही दिल खिचवा नज़ारा बनिया होया। इस स्थान के नाल ही गुरद्वारा थड़ा साहब चार साहबजादियां दे विचों तीन साहबजादियां दा जन्म स्थान ते गुरदा गद्दी दिवस स्थान भी जिहड़ा इत्थे सुशोभित है। सो संध्या वेली जिहड़ा इस वेले टिमटमाउंदियां लाइटां है जिहड़ियां मन नूं बहुत ही अपने वल आकर्षित कर रहियां ने। चारे पासे जिहड़ा चुगिरदा है गुरु साहब दा ਉਹ ਲਾਈਟਿੰਗ ਨਾਲ ਸ਼ਿੰਗਾਰਿਆ ਗਿਆ। ਜੋ ਤੁਸੀਂ ਸਕਰੀਨ 'ਤੇ ਦਰਸ਼ਨ ਦਾਰੇ ਕਰ ਰਹੇ ਹੋ ਇਹ ਗੁਰਦੁਆਰਾ ਸੀਸਗੰਜ ਸਾਹਿਬ ਇਸਦਾ ਵੀ ਜਿਹੜੇ ਚਾਰੇ ਪਾਸੇ ਲਾਈਟਿੰਗ ਕੀਤੀ ਹੋਈ ਹੈ ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਦੇ ਉੱਤੇ ਜਿਹੜੀਆਂ ਟਿਮਟਵਾਉਂਦੀਆਂ ਲਾਈਟਾਂ ਹੈ ਬਹੁਤ ਹੀ ਦਿਲ ਖਿਚਵਾਂ ਨਜ਼ਾਰਾ ਹੋਲੇ ਮਹੱਲੇ 'ਤੇ ਉੱਤੇ ਜਿਹੜਾ ਹੈ ਇਸ ਮੁਕੱਦਰ ਧਰਤੀ ਨੂੰ ਜਿੱਥੇ ਚਾਰੇ ਪਾਸੇ ਸ਼ਿੰਗਾਰਿਆ ਗਿਆ ਹੈ ਉੱਥੇ ਹੀ ਜਿਹੜੇ ਗੁਰਦੁਆਰਾ ਸਾਹਿਬਾਨ ਦੀ ਲਾਈਟਿੰਗ ਵੀ ਜਿਹੜੀ ਕੀਤੀ ਗਈ ਹੈ। ਵਿਸ਼ੇਸ਼ ਤੌਰ 'ਤੇ ਜਿਹੜੀ ਸਾਡੀ ਇਹ ਪੇਸ਼ਕਸ਼ ਹੈ ਜਿਹੜਾ ਸੰਧਿਆ ਵੇਲੇ ਦਾ ਨਜ਼ਾਰਾ ਉਹ ਵੀ ਤੁਹਾਨੂੰ ਦਰਸ਼ਨ ਦਾਰੇ ਕਰਾਈਏ। ਸੋ ਅੱਗੇ ਜਿਹੜਾ ਤੁਸੀਂ ਆਪ ਜੀ ਦਰਸ਼ਨ ਦਾਰੇ ਕਰ ਰਹੇ ਹੋ ਇਹ ਜਿਹੜਾ ਹੈ ਭੋਰਾ ਸਾਹਿਬ ਵਾਲੇ ਪਾਸੇ ਤੋਂ ਜਿਹੜਾ ਇਹ ਪ੍ਰਵੇਸ਼ ਦੁਆਰ ਐਂਟਰੀ ਗੇਟ ਹੈ ਉੱਥੇ ਜਿਹੜੀ ਸਕਰੀਨ ਚੱਲ ਰਹੀ ਹੈ ਸਕਰੀਨ ਦੇ ਉੱਤੇ ਯਾਤਰੀਆਂ ਲਈ ਜਿਹੜਾ ਹੈ ਸੰਗਤਾਂ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸੋ ਇਹ ਜਿਹੜਾ ਹੈ ਤਖ਼ਤ ਸ਼੍ਰੀ ਕੇਸਗੜ੍ਹ ਪਾਸੇ ਵੱਲ ਤੋਂ ਜਿਹੜਾ ਹੈ ਗੇਟ ਆਉਂਦਾ ਉਸ ਪਾਸੇ ਵੱਲ ਤੋਂ ਜਿਹੜੀ ਕੈਮਰੇ ਦੀ ਅੱਖ ਤੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਾਰੇ ਕਰ ਰਹੇ ਹੋ ਬਹੁਤ ਹੀ ਵਧੀਆ ਦਿਲ ਖਿੱਚਵਾਂ ਨਜ਼ਾਰਾ। ਤਖ਼ਤ ਸਾਹਿਬ ਤੋਂ ਵੀ ਜੇਕਰ ਸੀਸਗੰਜ ਵੱਲ ਨਿਗਾਹ ਮਾਰੀਏ ਤਾਂ ਬਹੁਤ ਹੀ ਖੂਬਸੂਰਤੀਆਂ ਟਿਮਟਮਾਉਂਦੀਆਂ ਲਾਈਟਾਂ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸੰਗਤਾਂ ਹੋਲੇ ਮਹੱਲੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਨਾਲ ਇੱਥੇ ਆ ਕੇ ਵੀ ਜਿਹੜਾ ਨਤਮਸਤਕ ਹੋ ਰਹੀਆਂ ਨੇ। ਸੋ ਇਹ ਇੱਕ ਪੁਰਾਤਨ ਡਿਓੜੀ ਹੈ ਜੋ ਕਿ ਬਹੁਤ ਘੱਟ ਸੰਗਤ ਇਸ ਪਾਸੇ ਵੱਲ ਸੰਗਤਾਂ ਨੂੰ ਪਤਾ ਵੀ ਨਹੀਂ ਹੈ ਅਤੇ ਪੁਰਾਤਨ ਡਿਓੜੀ ਹੈ ਜਿੱਥੇ ਕਿ ਗੁਰੂ ਸਾਹਿਬ ਦਾ ਇੱਕ ਸੀਸ ਦਿੱਲੀ ਤੋਂ ਲੈ ਆਉਂਦੇ ਆਨੰਦਪੁਰ ਸਾਹਿਬ ਦਾ ਇੱਕ ਦ੍ਰਿਸ਼ ਦੀ ਜਿਹੜੀ ਉਸ ਸਮੇਂ ਦੀ ਜਿਹੜੀ ਤਸਵੀਰ ਵੀ ਇੱਥੇ ਲਗਾਈ ਗਈ ਹੈ ਅਤੇ ਇੱਥੇ ਵੀ ਜਿਹੜੀ ਹੈ ਲਾਈਟਿੰਗ ਦਾ ਖੂਬਸੂਰਤ ਲਾਈਟਾਂ ਲਗਾਈਆਂ ਗਈਆਂ ਹਨ। ਨਾਲ ਦੀ ਨਾਲ ਇੱਥੇ ਇੱਕ ਤੁਸੀਂ ਸਕਰੀਨ 'ਤੇ ਜੋਤ ਜਿਹੜੀ ਹੈ ਹਮੇਸ਼ਾ ਚੱਲਦੀ ਤੁਸੀਂ ਦਰਸ਼ਦਾਰੇ ਕਰਦੇ ਹੋ। ਸੋ ਇਹ ਤਖ਼ਤ ਸਾਹਿਬ ਦੇ ਬਾਹਰਲਾ ਪਾਸਾ ਜਿੱਥੇ ਕਿ ਲਾਈਟਾਂ ਲਗਾਈਆਂ ਹੋਣ ਇਹ ਜਿਹੜੀ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਪਾਣੀ ਵਾਲੀ ਟੈਂਕੀ ਪੁਰਾਤਨ ਟੈਂਕੀ ਹੈ ਇਸ ਦੇ ਉੱਤੇ ਜਿਹੜੀ ਲਾਈਟਿੰਗ ਹੈ ਦੂਰ ਦੁਰਾਡੇ ਤੋਂ ਜਿਹੜੀ ਹੈ ਬਹੁਤ ਹੀ ਖੂਬਸੂਰਤ ਜੇਕਰ ਅਸਮਾਨ ਤੋਂ ਦੇਖੀ ਜਾਵੇ ਤਾਂ ਇੱਕ ਦਿਲ ਖਿੱਚਵਾਂ ਨਜ਼ਾਰਾ ਇੱਥੇ ਵੀ ਬਣਿਆ ਹੋਇਆ ਹੈ। ਇਹ ਜਿਹੜੇ ਤੁਸੀਂ ਦਰਸ਼ਨ ਦਾਰੇ ਕਰ ਰਹੇ ਹੋ ਤਖ਼ਤ ਸਾਹਿਬ ਦੀ ਜਿਹੜਾ ਮੁੱਖ ਡਿਓੜੀ ਹੈ ਡਿਓੜੀ ਦੇ ਜਿਹੜੇ ਬਾਹਰਲੇ ਪਾਸੇ ਜਿਹੜੇ ਹੈ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਜਿਹੜੀ ਸਜਾਵਟ ਕੀਤੀ ਗਈ ਹੈ ਸ਼ਰਮਿਆਨੇ ਲਗਾਏ ਗਏ ਹਨ ਅਤੇ ਸੰਗਤ ਨੂੰ ਧੁੱਪ ਗਰਮੀ ਦਾ ਮੌਸਮ ਹੋ ਗਿਆ ਧੁੱਪ ਦੇ ਬਚਾਅ ਲਈ ਜਿਹੜੇ ਉੱਪਰ ਸ਼ਰਮਿਆਨੇ ਲਗਾਏ ਗਏ ਹਨ ਬਹੁਤ ਹੀ ਖੂਬਸੂਰਤ ਜਿਹੜੇ ਫੁੱਲ ਲਗਾਏ ਗਏ ਹਨ। ਫੁੱਲਾਂ ਦੇ ਨਾਲ ਨਾਲ ਜਿਹੜੀ ਸੰਧਿਆ ਵੇਲੇ ਤੁਸੀਂ ਜਿਹੜਾ ਲਾਈਟਿੰਗ ਦਾ ਜਿਹੜਾ ਦ੍ਰਿਸ਼ ਹੈ ਉਹ ਵੀ ਤੁਸੀਂ ਦਰਸ਼ਨਦਾਰੇ ਕਰ ਰਹੇ ਹੋ ਕਿ ਟਿਮਟਮਾਉਂਦੀਆਂ ਲਾਈਟਾਂ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ਅਤੇ ਇਸ ਮੁਕੱਦਸ ਧਰਤੀ ਜਿੱਥੇ ਕਿ ਖਾਲਸੇ ਦਾ ਜਨਮ ਹੋਇਆ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ 'ਤੇ ਹੋਲੇ ਮਹੱਲੇ 'ਤੇ ਜਿਹੜੇ ਤੁਸੀਂ ਸੰਧਿਆ ਵੇਲੇ ਜਿਹੜੀ ਲਾਈਟਿੰਗ ਦਾ ਤੁਸੀਂ ਨਜ਼ਾਰਾ ਲੈ ਰਹੇ ਹੋ ਬਿਲਕੁਲ ਬਹੁਤ ਹੀ ਜਿਹੜਾ ਦਿਲ ਖਿੱਚਵਾਂ ਨਜ਼ਾਰਾ। ਧੁੱਪ ਦੇ ਵਿੱਚ ਤਾਂ ਨਹੀਂ ਪਤਾ ਲੱਗਦਾ ਪਰ ਸੰਧਿਆ ਵੇਲੇ ਜਿਹੜਾ ਇਸ ਵੇਲੇ ਲਾਈਟਿੰਗ ਦਾ ਖੂਬਸੂਰਤ ਨਜ਼ਾਰਾ ਹੈ। ਸੋ ਇਹ ਨਾਲ ਦੀ ਨਾਲ ਜਿਹੜਾ ਬਾਹਰਲਾ ਪਾਸਾ ਜਿੱਥੇ ਕਿ ਝੰਡੇ ਰੰਗ ਬਿਰੰਗੇ ਫੁੱਲ ਲਗਾਏ ਗਏ ਰੰਗ ਬਿਰੰਗੀਆਂ ਲਾਈਟਾਂ ਲਗਾਈਆਂ ਗਈਆਂ ਉੱਥੇ ਜਿਹੜੇ ਕੇਸਰੀ ਝੰਡੇ ਚਾਰੇ ਪਾਸੇ ਲਗਾਏ ਜਾ ਰਹੇ ਹਨ। ਸੰਗਤਾਂ ਜਿਹੜੀਆਂ ਲਗਾਤਾਰ ਆਨੰਦਪੁਰ ਦੀ ਧਰਤੀ 'ਤੇ ਆਮਦ ਰਾਤੋ ਰਾਤ ਵੱਧ ਰਹੀ ਹੈ ਭਾਵੇਂ ਕਿ ਕੱਲ੍ਹ ਜਿਹੜਾ ਸੰਗਤ ਦਾ ਰਸ਼ ਘੱਟ ਸੀ ਪਰ ਅੱਜ ਲਗਾਤਾਰ ਜਿਹੜਾ ਵੱਧਦਾ ਜਾ ਰਿਹਾ ਸੀ ਉਹ ਰਾਤਰੀ ਸਮੇਂ ਵੀ ਜਿਹੜੀ ਸੰਗਤ ਲਗਾਤਾਰ ਗੁਰੂ ਸਾਹਿਬ ਨੂੰ ਨਮਸਕਾਰ ਕਰ ਲਈ ਤਖ਼ਤ ਸਾਹਿਬ ਦੇ ਦਰਸ਼ਨ ਦਾਰੇ ਕਰਨ ਲਈ ਜਿਹੜੀਆਂ ਸੰਗਤਾਂ ਲਗਾਤਾਰ ਪਹੁੰਚ ਰਹੀਆਂ ਹਨ। ਸੋ ਸੰਗਤਾਂ ਦੀ ਭੀੜ ਨਾ ਹੋਵੇ ਕਿਸੇ ਦੇ ਸੱਤ ਚੋੜ ਨਾ ਲੱਗੇ ਤੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੁਆਰਾ ਜਿਹੜਾ ਹੈ ਬੈਰੀਕੇਡਿੰਗ ਵੀ ਕੀਤੀ ਗਈ ਹੈ ਤਾਂ ਕਿ ਜਿਹੜਾ ਆਰਾਮ ਨਾਲ ਜਿਹੜੀਆਂ ਸੰਗਤਾਂ ਦਰਸ਼ਨ ਦਾਰੇ ਕਰ ਸਕਣ ਗੁਰੂ ਸਾਹਿਬ ਨੂੰ ਨਮਸਕਾਰ ਕਰ ਸਕਣ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਅਤੇ ਇਹਨਾਂ ਨੇ ਵੀ ਜਿਹੜਾ ਹੈ
हर पासे जिहड़े प्रबंध जिहड़े मुकम्मल किए गए हैं। ये भी जिहड़ा इन्हां दा शलाघाजोग कदम है कि इन्होंने बहुत ही वधिया जिहड़ा उपराला किया गया है। सो जेकर असीं बाहरले पासे तो गल करिए इत्थों भी जिहड़ा है तख्त साहब का जिहड़ा है संध्या वेले का नज़ारा बहुत ही खूबसूरत बनया हुआ है। लाइटा आप जी देख रहे हो भावें कि समा काफ़ी हो चुका है, संगतां दे जिहड़ा तुसीं देख रहे हो किवें ठाठा मारदा कट्ठ जिहड़ा लगातार संगतां रात्रि दे समय रातों रात जिहड़ा है आनंदपुर साहब वल ज अमृतसर तो माझा और दुआबा खासकर इस जिहड़े होले महल्ले के त्यौहार से तख्त श्री केसगढ़ साहब आनंदपुर की धरती से पहुँचता है। सो संगतां तुसीं दर्शनदारे कर रहे हो भी किवें जिहड़ा है रश प्रतिदिन जिहड़ा है वाधा हो रहा है। सो इस पासे वल जिहड़ा तख्त साहब तो बिल्कुल सामने गुरद्वारा सब के दर्शनदारे कर रहे हो, लाइटिंग का खूबसूरत नज़ारा इस पासे वाल भी तुहानू दिखा जा रहे हैं। सो टिम टमाउंदियां लाइटां जेकर आसमान तो असी कैमरे की अख नाल देखिए तो यह भी एक बहुत ही दिल खिचवा नज़ारा इस वक्त बनया होया है। सो रूहे वतन चैनल तुसी जुड़े रहो, बद तो बद साडी कोशिश होगी जे चुगिरद चारे पासे जिहड़े आ तुहानू लाइव दिखाया जाए सीधा प्रसारण दिखाया जाए। सो इस वीडियो नू वध ते वध शेयर करो ता कि देशों विदेशों विच बैठी गुरु नानक देव संगतां नू दर्शनदारे हो सकन। सो बकायदा तौर पर जिहड़ा विदेशों की धरती तो काफ़ी जिहड़े मित्रा दोस्तों ने भी फोन किए भी जिहड़ा रात्रि समय का जिहड़ा नज़ारा है तुसी उहनू कैमरे की अख नाल जरूर साडे तक पहुँचाओ। सो आस करते हैं कि तुहानू आप सब जी नू ये वीडियो जिहड़ी रात्रि समय की पसंद आई होगी। सो इस वीडियो नू एक जिहड़ा साडा वीडियो मंगाउण दा मकसद एक तां तुहाडे तक पहुँचाना है, एक जदों आप जी किते काम नू जो तुसीं शेयर करदे हो अगे पहुँचाते हो तो जिहड़ा साडा हौसला वधदा है तां कि इस तरह साडा हौसला वधदा रहे ते आप जी नाल जिहड़ी सेवा निभांदे रहीए। असी हुण खेमां दे जा चुके, वाहेगुरू जी का खालसा वाहेगुरू जी की फतेह।